ਮਰ ਬੰਦਿਆ ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ ਸਿਮਰਨ ਕਰਨਾ ਲੈ ਕੇ ਜੀਵਾ ਆਇਆ ਤੂੰ ਜਿਹਦੇ ਨਾਲ ਕਦੇ ਨਾ ਰੱਬ ਦਾ ਨਾਮ ਤੇ ਆਇਆ ਤੂੰ ਬੋਲ ਕੇ ਮੰਦੜੇ ਬੋਲ ਨਾ ਇਹਨੂੰ ਬੋਲ ਕੇ ਮੰਦੜੇ ਬੋਲ ਨਾ ਇਹਨੂੰ ਮਾੜੀ ਕਰ ਬੰਦਿਆ ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ ਜਿੱਤੀ ਨੈਣਾ ਵਾਲੀ ਜੋਤੀ ਤੈਨੂੰ ਦਰਸ਼ਨ ਪਾਉਣ ਲਈ ਉਹਨਾਂ ਨਾਲ ਤੱਕਦਾ ਰਹਿਣਾ ਇੱਥੇ ਪਾਪ ਕਮਾਉਣ ਦੇ ਲਈ ਵੇਖ ਕੇ ਤੂੰ ਨੈਣਾ ਨਾਲ ਸੱਜਦਾ ਵੇਖ ਕੇ ਤੂੰ ਨੈਣਾ ਨਾਲ ਸੱਜਦਾ ਪੱਲਾ ਫੜ ਬੰਦਿਆ ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ ਸਨੋਹਾਂ ਦੀ ਕਿਰਤ ਲਈ ਦੱਸਿਆ ਵਿੱਚ ਬਾਣੀ ਦੇ ਪਰ ਤੂੰ ਲੱਖ ਕਰੋੜਾਂ ਦੀ ਫਸਿਆ ਵਿੱਚ ਤਾਣੀ ਦੇ ਇੱਕ ਤੋਂ ਲੱਖ ਬਣਾਉਣੇ ਦਾ ਤੂੰ ਇੱਕ ਤੋਂ ਲੱਖ ਬਣਾਉਣੇ ਦਾ ਛੱਡ ਦੇ ਚੱਕਰ ਬੰਦਿਆ ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ ਕੀ ਕੰਮ ਤੇਰਾ ਬੈਠ ਕੇ ਸੋਚ ਵਿਚਾਰ ਲਵੀ ਕੀ ਪੁੰਨ ਪਾਪ ਕਮਾਇਆ ਮਨ ਵਿੱਚ ਝਾਤੀ ਮਾਰ ਲਵੀ ਗਊ ਗਰੀਬ ਦੇ ਗਲ ਤੇ ਛੁਰੀਆਂ ਗਊ ਗਰੀਬ ਦੇ ਗਲ ਤੇ ਛੁਰੀਆਂ ਨਾ ਤੂੰ ਧਰ ਬੰਦਿਆ ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ ਜਾਣ ਕੇ ਦੋ ਦਿਨ ਦਾ ਮੇਲਾ ਆਖਰ ਤੁਰ ਜਾਣਾ ਏ ਇਹ ਤਨ ਮਿੱਟੀ ਦਾ ਢੇਲਾ ਆਖਰ ਖੁਰ ਜਾਣਾ ਏ
नितनेम नाल सतगुर दी तू, नितनेम नाल सतगुर दी तू बाणी पढ़ बंदिया। वाहेगुरु नाम सिमर के पव सागर नूं तर बंदिया। वाहेगुरु नाम सिमर के पव सागर नूं तर बंदिया। ऐवें मेरी मेरी करदा, ऐवें मेरी मेरी करदा जाना मर बंदिया। वाहेगुरु नाम सिमर के पव सागर नूं तर बंदिया। वाहेगुरु नाम सिमर के पव सागर नूं तर बंदिया। ते गुरु प्यारेओ, सतगुरां ने गुरबाणी दे विच आख्या है, कहिंदे ने वी हे बंदे, जिन्ना चिर तेरी इस देही विच सवास ने ना, सा ने तू उन्ना चिर अपने सवासां विचों कोई ऐसा समा कढ़ जिसनू तू वाहिगुरु दा सिमरन करके सफल कर सके। ऐवें मेरी मेरी करदा फिरदा, जे तू धन दौलत कमा लिया ता कहना भी मैं कमाया, ये मेरा। जे तैनू तेरे गुरु ने धियां पुत्र दिते ने ता तू कहना भी ये मेरे ने। आ ऐशो आराम दे साधन, आ सारे सुख दे साधन मेरे ने, पर तू कदी परमात्मा दा भी अपने गुरु दा भी शुकराना कीता है? कदी ए अरदास कीती है कि हे सतगुरु, ए तन ए मन ए धन ए सारा कुछ तेरा है? कदी आखिया सतगुरां दे चरणा च भई मन तन तेरा, धन भी तेरा। सतगुरां ने ए गुरबाणी च ए शब्द उचारे है, गुरु प्यारे हो भी गुरसिख ए अरदास करे अपने गुरु दे चरणा भी मन तन तेरा, धन भी तेरा, तू ठाकुर स्वामी प्रभ मेरा। पर गुरु प्यारे हो बंदा कदी उस परमात्मा दा शुकराना नहीं करदा, ओदा धन्नवाद नहीं करदा, बस मेरी मेरी ते तुलिया होया है। इस तरह भी मेरी मेरी करता फिरदा है, आखदा है भई फलानी जगह मेरे इन्ने खेत ने, मेरी इन्ने किले जमीन है, फलानी जगह मेरिया दो कोठियां ने, उस शहर मेरा आ बिजनेस है, भाव के मेरा मेरा मेरी मेरी करदा फिरदा है। पर सतगुरु कह रहे ने भी जे बंदा मेरी मेरी करे ते ओदे नाल की हाल हुंदा है, ओनू नरकां विच भी थां नहीं मिलदी। गुरु प्यारियो, जेड़ा बंदा मेरी मेरी करदा है ना, ओदे लई नरकां विच भी थां नहीं हुंदी। एक ऐसी वार्ता आउंदी है, एक पिंड विच एक शाहूकार रहिंदा सी, बड़ा धन दौलत उहदे कोल, उहदे चार पुत्तर सन, बड़े वड्डे वड्डे महल उहदे पिंड विच, सारे इलाके विच बड़ी उहदी जय जयकार सी। ऐसे सुंदर महल, ऐसिया सुंदर ओदियां कोठियां पिंड विच। ते गुरु प्यारियो, जदों ओदे कोल किसे ने जाना, उन्हें बड़ा उच्चा हो के बड़े चा नाल दसना भी मेरे चार पुत्र ने, मेरा उस शहर विच फलाना बिजनेस है, उस जगह मेरा आ कारोबार है। बड़ा उच्चा हो के हंकार नाल ओने मेरी मेरी करके दसना। ते गुरु प्यारे, एक दिन
ਕੀ ਹੋ ਰਿਹਾ ਸੀ? ਮੀਂਹ ਪੈ ਰਿਹਾ ਸੀ, ਬਾਰਿਸ਼ ਹੋ ਰਹੀ ਸੀ। ਇੱਕ ਸਾਧੂ, ਇੱਕ ਮਹਾਪੁਰਸ਼, ਉਹ ਵੀ ਪਹੁੰਚਿਆ ਹੋਇਆ ਮੀਂਹ ਤੋਂ ਬਚਣ ਦਾ ਮਾਰਾ। ਉਹ ਸ਼ਾਹੂਕਾਰ ਦੀ ਹਵੇਲੀ ਦੇ ਦਰਵਾਜ਼ੇ ਦੇ ਥੱਲੇ ਖੜਾ ਹੋ ਗਿਆ। ਜਦੋਂ ਦਰਵਾਜ਼ੇ ਦੇ ਥੱਲੇ ਖੜਾ ਹੋ ਗਿਆ ਨਾ, ਤੇ ਸਾਧੂ ਨੇ ਵੇਖਿਆ ਬਈ ਅੰਦਰ ਸ਼ਾਹੂਕਾਰ ਪਲੰਘ ਤੇ ਬੈਠਾ ਹੋਇਆ। ਤਾਂ ਗੁਰੂ ਪਿਆਰਿਓ, ਉਹ ਸਾਧੂ, ਉਹ ਮਹਾਤਮਾ ਬ੍ਰਹਮ ਗਿਆਨੀ ਸੀ। ਉਹਨੂੰ ਆਉਣ ਵਾਲੇ ਸਮੇਂ ਬਾਰੇ ਵੀ ਪਤਾ ਸੀ, ਬੰਦਗੀ ਵਾਲਾ ਸੀ, ਸਿਮਰਨ ਵਾਲਾ ਸੀ। ਤੇ ਉਹ ਸਾਧੂ ਨੇ ਵੇਖਿਆ ਉਹ ਸ਼ਾਹੂਕਾਰ ਦਾ ਹਾਲ, ਤੇ ਸ਼ਾਹੂਕਾਰ ਨੂੰ ਉਹ ਸਾਧੂ ਮਹਾਂਪੁਰਸ਼ ਕਹਿੰਦਾ ਵੀ ਇਹ ਸ਼ਾਹੂਕਾਰ, ਆ ਤੇਰੀਆਂ ਐਡੀਆਂ ਵੱਡੀਆਂ ਵੱਡੀਆਂ ਹਵੇਲੀਆਂ ਨੇ, ਐਡੇ ਵੱਡੇ ਵੱਡੇ ਮਕਾਨ ਨੇ, ਤੂੰ ਕਦੀ ਇਹਦੇ ਵਿੱਚ ਬੈਠ ਕੇ ਸਿਮਰਨ ਵੀ ਕੀਤਾ, ਨਾਮ ਵੀ ਜਪਿਆ? ਉਹ ਕਹਿੰਦਾ ਵੀ ਮੈਨੂੰ ਨਾਮ ਜਪਣ ਦੀ ਲੋੜ ਹੀ ਨਹੀਂ। ਉਹ ਸ਼ਾਹੂਕਾਰ ਕਹਿੰਦਾ ਵੀ ਹੇ ਸਾਧੂ, ਮੈਨੂੰ ਤਾਂ ਬੰਦਗੀ ਕਰਨ ਦੀ ਲੋੜ ਹੀ ਨਹੀਂ, ਕਿਉਂਕਿ ਬੰਦੇ ਤਾਂ ਬੰਦਗੀ ਤਾਂ ਕਰਦੇ ਐ ਬਈ ਉਹਨਾਂ ਕੋਲੇ ਧਨ ਦੌਲਤ ਆ ਜਾਵੇ। ਸ਼ਾਹੂਕਾਰ ਕਹਿੰਦਾ ਵੀ ਹੇ ਸਾਧੂ, ਮੇਰੇ ਕੋਲ ਤਾਂ ਇੰਨਾ ਧਨ ਦੌਲਤ ਹੈ, ਮੈਂ ਇੰਨੀ ਕਮਾਈ ਕੀਤੀ ਹੈ, ਮੇਰੀਆਂ 20 ਪੀੜ੍ਹੀਆਂ ਵਿਹਲੀਆਂ ਬੈਠ ਕੇ ਖਾ ਸਕਦੀਆਂ ਨੇ। ਆ ਵੇਖ, ਮੈਨੂੰ ਪਰਮਾਤਮਾ ਨੇ ਪੁੱਤਰ ਵੀ ਦਿੱਤੇ ਨੇ, ਤੇ ਮੈਂ ਨਾਮ ਕਿਉਂ ਜਪਾਂ? ਮੈਨੂੰ ਨਾਮ ਜਪਣ ਦੀ ਲੋੜ ਹੀ ਨਹੀਂ। ਮੇਰੇ 4 ਪੁੱਤਰ ਨੇ, ਐਡਾ ਵੱਡਾ ਮੇਰਾ ਕਾਰੋਬਾਰ, ਦੂਰ ਦੂਰ ਤੱਕ ਬਿਜ਼ਨਸ ਫੈਲਿਆ ਹੋਇਆ, ਮੈਨੂੰ ਘਰ ਬੈਠੇ ਨੂੰ ਹਰ ਰੋਜ਼ ਲੱਖਾਂ ਰੁਪਏ ਆ ਰਹੇ ਨੇ। ਤੇ ਗੁਰੂ ਪਿਆਰੇ, ਉਹ ਸਾਧੂ ਮਹਾਂਪੁਰਸ਼ ਕਹਿੰਦੇ, ਸ਼ਾਹੂਕਾਰ, ਅਸੀਂ ਮੰਨਦੇ ਹਾਂ ਤੇਰੀ ਇਸ ਗੱਲ ਨੂੰ, ਪਰ ਜਦੋਂ ਤੂੰ ਇਸ ਸੰਸਾਰ ਤੋਂ ਜਾਣਾ ਹੈ ਨਾ, ਤਾਂ ਤੇਰੇ ਨਾਲ ਉੱਥੇ ਨਾ ਤਾਂ ਪੁੱਤਰਾਂ ਨੇ ਜਾਣਾ, ਨਾ ਤੇਰੇ ਕਿਸੇ ਕਾਰੋਬਾਰ ਨੇ, ਨਾ ਬਿਜ਼ਨਸ ਨੇ ਜਾਣਾ ਹੈ। ਤੇਰੇ ਨਾਲ ਜੇ ਤੂੰ ਨਾਮ ਜਪ ਲਵੇਂਗਾ ਨਾ, ਵਾਹਿਗੁਰੂ ਦਾ ਸਿਮਰਨ ਕਰ ਲਵੇਂਗਾ, ਉਹ ਤੇਰੇ ਨਾਲ ਅਗਲੀ ਦਰਗਾਹ ਵਿੱਚ ਜਾਣਾ। ਤੇ ਗੁਰੂ ਪਿਆਰਿਓ, ਉਹ ਸ਼ਾਹੂਕਾਰ ਕਹਿੰਦਾ ਬਈ ਸਾਧੂ, ਐਵੇਂ ਆਖੀ ਜਾਣਾ, ਅਗਲੀ ਦਰਗਾਹ ਕਿਸਨੇ ਵੇਖੀ ਹੈ? ਮੈਂ ਤਾਂ ਇੱਥੇ ਬੈਠਾ ਸੁੱਖ ਭੋਗ ਰਿਹਾ, ਇੱਥੇ ਬੈਠਾ ਹੀ ਮੈਂ ਸਵਰਗ ਦਾ ਆਨੰਦ ਲੈ ਰਿਹਾ, ਇਹਦੇ ਨਾਲੋਂ ਸਵਰਗ ਕਿਹੜਾ ਵੱਡਾ ਹੋਣਾ? ਤੇ ਸਾਧੂ ਕਹਿੰਦਾ ਵੀ ਸ਼ਾਹੂਕਾਰ, ਠੀਕ ਹੈ ਤੂੰ ਸਵਰਗ ਵਰਗਾ ਸੁੱਖ ਭੋਗ ਰਿਹਾ, ਪਰ ਤੂੰ ਮੇਰੀ ਮੇਰੀ ਨਾ ਕਰ। ਸਾਧੂ ਨੇ ਆਖਿਆ ਵੀ ਜਿਹੜਾ ਬੰਦਾ ਮੇਰੀ ਮੇਰੀ ਕਰਦਾ ਹੈ ਨਾ, ਨਾਮ ਨਹੀਂ ਜਪਦਾ, ਉਹਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਦੀ। ਸ਼ਾਹੂਕਾਰ ਨਾ ਮੰਨਿਆ। ਤੇ ਸਾਧੂ ਕਹਿੰਦਾ ਵੀ ਸ਼ਾਹੂਕਾਰ, ਮੈਂ ਤੈਨੂੰ ਆ ਕੇ ਕੁਝ ਸਮੇਂ ਬਾਅਦ ਮਿਲਾਂਗਾ, ਫਿਰ ਤੈਨੂੰ ਚੇਤੇ ਕਰਵਾਵਾਂਗਾ। ਤੇ ਗੁਰੂ ਪਿਆਰਿਓ, ਹੌਲੀ ਹੌਲੀ ਸਮਾਂ ਬੀਤਦਾ ਗਿਆ। ਉਹ ਸ਼ਾਹੂਕਾਰ ਕੋਈ ਦਾਨ ਪੁੰਨ ਨਾ ਕਰੇ, ਰੁਪਈਆ ਵੀ ਇੱਕ ਦਾਨ ਪੁੰਨ ਵਾਸਤੇ ਕੱਢੇ ਨਾ। ਤੇ ਹੌਲੀ ਹੌਲੀ ਉਹਦੀ ਉਮਰ ਵੱਡੀ ਹੋਣੀ ਸੀ, ਐਸਾ ਬਿਮਾਰੀ ਨੇ ਘੇਰਿਆ, ਐਸਾ ਮੰਜੇ ਤੇ ਪਿਆ, ਜਿਨ੍ਹਾਂ ਪੁੱਤਰਾਂ ਨੂੰ ਉਹ ਕਹਿੰਦਾ ਹੁੰਦਾ ਸੀ ਨਾ ਵੀ ਇਹ ਮੇਰੇ ਨੇ, ਲੋਕਾਂ ਨੂੰ ਦੱਸਦਾ ਸੀ ਵੀ ਆਹ ਵੇਖੋ ਮੇਰੇ 4 ਪੁੱਤਰ ਨੇ, ਮੇਰੇ ਕੋਲ ਧਨ ਦੌਲਤ ਬਹੁਤ ਹੈ। ਐਸੀ ਬਿਮਾਰੀ ਆਈ, ਇਲਾਜ ਵੀ ਬੜਾ ਕਰਵਾਇਆ, ਦੂਰ ਦੂਰ ਤੋਂ ਵੈਦਾਂ ਹਕੀਮਾਂ ਨੂੰ ਡਾਕਟਰਾਂ ਨੂੰ ਬੁਲਾਇਆ, ਪਰ ਆਰਾਮ ਨਾ ਆਇਆ।
की हो गया ओ मेरी मेरी करन वाले दा गुरु प्यारियो की हाल होया ओदी जबान खलो गई ओदी जबान खलो गई ओनू ऐसा अधरंग होया मूह विच जे कोई घर दा जी रोटी पाउंदा ता ओदे विच शक्ति नहीं सी वी ओनू चब लवे चिथ लवे क्योंकि मूह कम करनो हट गया मूह विचों सारा दिन पानी वगदे रहना पानी वगदे रहना ते बोलना ता की सी ओदी जबान भी खड़ गई बोलनो भी हट गया रोटी भी अंदर ना जावे ना पानी जावे क्योंकि जुबान खलो गई ओदे जबाड़े कम करनो हट गए जदों कोई आराम ना आया जेड़े पुत्रां नूं ओ मेरे कहिंदा सी ना ओ भी ओदे कोलो नफरत करन लग पए ओ आखण बई इहदे नाल तां इह मर जावे तां चंगी गल है एवें साडी जान नूं वक्त पाया होया इहने एवें थां मल्ली बैठा है एवें जगह रोक के बैठा है ते ज्यौंदे जी इहदा सानूं ध्यान रखना पैंदा है ते मर जावे तां चंगी गल है ते जिन्हां पुत्रां नूं ओ मेरा मेरे कहिंदा सी ना उन्हां पुत्रां ने कईआं पंडतां तों कईआं साधुआं तों इलाज भी करवाया भी इहदी जान छुट जावे पर गुरु प्यारियो जिहड़ी मौत है ना उहदा तां समां बझिया होया है ना समां आया ते ओ शाहूकार गुरु प्यारियो मर गया अकाल चलाना कर गया ते जदों अकाल चलाना कर गया ना जदों ओ शाहूकार धर्मराज दी कचहरी विच गया जमदूत ओनू लेके गए ता ओदा लेखा ओदी पत्री खोली जमदूता ने ओदा लेखा धर्मराज नू पढ़ के सुनाया भई इन्हें कोई धर्म दा काम कीता है कोई पुन दान कीता है कोई गरीबा लोड़वंदा दुखियां दी सेवा कीती है कोई सत्संग कीता है नहीं कोई नहीं ते की कीता है ने सारी उम्र भई गरीबा दा लहू नचोड़ नचोड़ के पींदा रहा किवें उन्हां नूं पैसे दे के उन्हां तों दस गुणा व्याज लैंदा रहा ते सारी उम्र धन दौलत इकट्ठा करन ते लग्या रहा अपने पुत्रां दे मोह वस हो के मेरी मेरी करदा रहा कदी सतसंग ना कीता सिमरन ना दान पुन जदों ये लेखा पढ़िया ते धर्मराज कहिंदा भी ऐसा बंदा ये ऐसा इंसान है इन्हें जिंदगी च कोई भी पुन दा काम नहीं कीता कदी सतसंग नहीं सुनी सारी उम्र मेरी मेरी करदा रहा ते धर्मराज कहिंदा भी जमदूतो एहो जे इंसान नूं तां साडे नरकां विच भी थां नहीं है इहनूं तां नरकां विच भी थां नहीं मिल सकदी इहनूं वापस भेज दिओ ते गुरु प्यारियो ओ शाहूकार नूं जिहड़ा मेरी मेरी करदा सी उहनूं वापस भेज दित्ता केड़ी जूनी विच पिया एक बड़द दी जूनी विच पै गया है जदों बड़द दी जूनी च पिया ते कोई ओ शाहूकार दे मरन तों 6-7 साल बाद शाहूकार दे पुत्रां नूं लोड़ पई बई कोई अपने तेल कढ़न वाले कोलू वास्ते कोई बड़द खरीदिए मंडी विच गए शाहूकार दे पुत्र उन्हां ने बड़द वेख्या उन्हां पुत्रां नूं की पता सी ते ओ जिहड़ा बड़द वेख्या ओ खरीद लिया ते गुरु प्यारियो ओ बड़द दी जूनी विच पिया उन्हां पुत्रां दा ओ पिता सी ओ शाहूकार सी
ਤੇ ਹੁਣ ਗੁਰੂ ਪਿਆਰਿਓ ਉਹ ਬਲਦ ਪਸ਼ੂ ਸੀ ਨਾ, ਬੋਲ ਨਹੀਂ ਸਕਦਾ ਸੀ, ਪਰ ਉਹਨੂੰ ਸਾਰਾ ਗਿਆਨ ਸੀ ਵੀ ਮੈਂ ਜਿਸ ਘਰ ਵਿੱਚ ਆਇਆ ਇੱਥੋਂ ਦਾ ਮੈਂ ਸ਼ਾਹੂਕਾਰ ਸੀ, ਔਰ ਚਾਰ ਮੇਰੇ ਪੁੱਤਰ ਨੇ ਤੇ ਗੁਰੂ ਪਿਆਰਿਓ ਨਰਕਾਂ ਵਿੱਚ ਥਾਂ ਨਹੀਂ ਮਿਲੀ, ਬਲਦ ਦੀ ਜੂਨੀ ਵਿੱਚ ਪੈ ਗਿਆ ਤੇ ਪੁੱਤਰਾਂ ਦੇ ਘਰ ਆਇਆ ਹੈ ਨਾ, ਤੇ ਫਿਰ ਵੀ ਬੜਾ ਖੁਸ਼ ਹੈ, ਕਹਿੰਦਾ ਵੀ ਚਲੋ ਮੈਨੂੰ ਮੇਰੇ ਪੁੱਤਰਾਂ ਦੇ ਘਰ ਦਾ ਰਹਿਣ ਦਾ ਸਮਾਂ ਮਿਲ ਗਿਆ ਨਾ। ਤੇ ਪੁੱਤਰਾਂ ਨੇ ਗੁਰੂ ਪਿਆਰਿਓ ਤੇਲ ਦਾ ਕੋਹਲੂ ਸੀ ਉਹਦੇ ਅੱਗੇ ਲਾ ਦਿੱਤਾ। ਜਦੋਂ ਬੜਾ ਉਹਨੇ ਜ਼ੋਰ ਲਾ ਕੇ ਕੰਮ ਕੀਤਾ ਸ਼ਾਹੂਕਾਰ ਨੇ ਜਿਹੜਾ ਬਲਦ ਦੀ ਜੂਨੀ ਵਿੱਚ ਸੀ, ਹੌਲੀ ਹੌਲੀ ਬੁੱਢਾ ਹੋਣਾ ਹੀ ਸੀ, ਜਦੋਂ ਵੱਡਾ ਸਰੀਰ ਹੋਇਆ ਤੁਰਿਆ ਨਾ ਜਾਵੇ, ਉਹ ਬਲਦ ਕੋਲੋਂ ਤੁਰਿਆ ਨਾ ਜਾਵੇ, ਤੇ ਜਿਹੜੇ ਸ਼ਾਹੂਕਾਰ ਦੇ ਉਹ ਜਿਹੜੇ ਲੜਕੇ ਸਨ ਨਾ, ਉਹ ਗੁਰੂ ਪਿਆਰਿਓ ਉਹਨੂੰ ਪਿੱਛੋਂ ਸੋਟੀਆਂ ਮਾਰਿਆ ਕਰ, ਉਹਦੀ ਪਿੱਠ ਤੇ ਉਹਦੀ ਢੂਈ ਤੇ ਡੰਡੇ ਮਾਰਿਆ ਕਰਨ, ਤੇ ਜਦੋਂ ਡੰਡੇ ਪਿਆ ਕਰਨ ਤੇ ਉਹ ਸ਼ਾਹੂਕਾਰ ਜਿਹੜਾ ਬਲਦ ਦੀ ਜੂਨੀ ਵਿੱਚ ਸੀ ਬੜਾ ਦੁਖੀ ਹੋਇਆ ਕਰੇ। ਤੇ ਇੱਕ ਦਿਨ ਉਹ ਸਾਧੂ ਉਹ ਮਹਾਤਮਾ ਉਹ ਕੋਹਲੂ ਦੇ ਕੋਲ ਆਏ, ਉਹਨਾਂ ਨੇ ਪਹਿਚਾਣਿਆ ਵੀ ਇਹ ਤਾਂ ਜਿਹੜਾ ਬਲਦ ਦੀ ਜੂਨੀ ਵਿੱਚ ਉਹ ਸ਼ਾਹੂਕਾਰ ਹੈ। ਉਹ ਮਹਾਤਮਾ ਨੇ ਪਛਾਣ ਲਿਆ ਤੇ ਗੁਰੂ ਪਿਆਰਿਓ ਮਹਾਤਮਾ ਵੇਖ ਰਹੇ ਨੇ ਵੀ ਇਹਦੇ ਪੁੱਤਰ ਜਿਨ੍ਹਾਂ ਪਿੱਛੇ ਇਹਨੇ ਧਨ ਦੌਲਤ ਇਕੱਠਾ ਕੀਤਾ, ਇੰਨੀਆਂ ਮੇਰਾ ਕਰਦਾ ਸੀ, ਉਹੀ ਇਹਨੂੰ ਸੋਟੀਆਂ ਡੰਡੇ ਮਾਰ ਰਹੇ ਨੇ। ਤੇ ਸਾਧੂ ਨੂੰ ਉਹ ਬਲਦ ਨੇ ਵੇਖਿਆ ਜੋ ਕਿ ਪਹਿਲਾਂ ਸ਼ਾਹੂਕਾਰ ਸੀ, ਤੇ ਗੁਰੂ ਪਿਆਰਿਓ ਸਾਧੂ ਕਹਿੰਦੇ ਕਿਉਂ ਸ਼ਾਹੂਕਾਰਾ, ਕਿਉਂ ਹੁਣ ਚੰਗਾ ਹੈ, ਤੈਨੂੰ ਆਖਿਆ ਸੀ ਵੀ ਨਾ ਮੇਰਾ ਕਰ, ਤੈਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਣੀ, ਤੈਨੂੰ ਨਰਕਾਂ ਵਿੱਚੋਂ ਵੀ ਧੱਕਾ ਮਿਲ ਗਿਆ, ਤੇ ਤੈਨੂੰ ਆਹ ਜੋਨੀ ਮਿਲੀ ਹੈ, ਤੇ ਹੁਣ ਵੇਖ ਤੇਰੇ ਪੁੱਤਰ ਤੈਨੂੰ ਡੰਡੇ ਮਾਰ ਰਹੇ ਨੇ, ਤੇਰੇ ਵਿੱਚ ਸ਼ਕਤੀ ਨਹੀਂ ਨਾ ਰਹੀ ਤੁਰਨ ਦੀ, ਬਲਦ ਦੀ ਜੂਨੀ ਵਿੱਚ ਪਿਆ ਹੋਇਆ, ਤੇਰੇ ਲੜਕੇ ਤੈਨੂੰ ਸੋਟੀਆਂ ਮਾਰ ਰਹੇ ਨੇ। ਤੇ ਗੁਰੂ ਪਿਆਰਿਓ ਉਹ ਬਲਦ ਉਹ ਸ਼ਾਹੂਕਾਰ ਜਿਹੜਾ ਬਲਦ ਦੀ ਜੂਨੀ ਵਿੱਚ ਸੀ ਉਹਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਅਥਰੂ ਵਹਿ ਰਹੇ ਨੇ, ਰੋ ਰਿਹਾ ਨਾਲੇ ਡੰਡੇ ਖਾ ਰਿਹਾ। ਤੇ ਗੁਰੂ ਪਿਆਰਿਓ ਪਛਤਾਵਾ ਕਰ ਲਿਆ ਨਾ ਉਹਨੇ ਮਨ ਵਿੱਚ, ਤੇ ਜਦੋਂ ਬੰਦਾ ਮਨ ਵਿੱਚ ਪਛਤਾ ਲਵੇ ਕੋਈ ਗਲਤੀ ਕਰਕੇ, ਉਹਦਾ ਪਛਤਾਵਾ ਕਰ ਲਵੇ, ਤੇ ਕਹਿੰਦੇ ਨੇ ਵੀ ਉਹਦੇ ਗਲਤੀ ਦਾ ਉਹਦੇ ਪਾਪਾਂ ਦਾ ਭਾਰ ਅੱਧਾ ਹੋ ਜਾਂਦਾ, ਉਹਦੀਆਂ ਗਲਤੀਆਂ ਦਾ ਭਾਰ ਉਹਦੇ ਪਾਪਾਂ ਦਾ ਭਾਰ ਅੱਧਾ ਹੋ ਜਾਂਦਾ। ਤੇ ਗੁਰੂ ਪਿਆਰਿਓ ਉਹ ਸਾਧੂ ਕਹਿੰਦੇ ਕਿ ਸ਼ਾਹੂਕਾਰ ਤੇਰਾ ਹੁਣ ਸਮਾਂ ਥੋੜਾ, ਤੂੰ ਮਰ ਜਾਣਾ, ਤੂੰ ਪਛਤਾ ਰਿਹਾ ਹੈ ਨਾ, ਪਛਤਾਵਾ ਕਰ ਰਿਹਾ, ਤੇ ਹੁਣ ਤੈਨੂੰ ਉਸ ਪਰਮਾਤਮਾ ਦੇ ਦਰਗਾਹ ਵਿੱਚ ਤੈਨੂੰ ਥਾਂ ਮਿਲ ਜਾਣੀ ਹੈ। ਤੇ ਗੁਰੂ ਪਿਆਰਿਓ ਥੋੜੇ ਦਿਨ ਪਏ ਉਹ ਬਲਦ ਉਹ ਮਰ ਗਿਆ, ਬਿਮਾਰ ਹੋ ਗਿਆ ਸੀ, ਮਰ ਗਿਆ, ਤੇ ਉਹਦੀ ਸ਼ਾਹੂਕਾਰ ਦੀ ਜਿਹੜੀ ਆਤਮਾ ਸੀ ਉਹ ਸਿੱਧੀ ਸੱਚਖੰਡ ਵਿੱਚ ਗਈ, ਕਿਉਂਕਿ ਉਹਨੇ ਪਛਤਾਵਾ ਕਰ ਲਿਆ ਸੀ। ਆਪਣੇ ਮਨ ਨਾਲ ਬੰਦਾ ਪਛਤਾਵਾ ਕਰ ਲਵੇ, ਮਨ ਵਿੱਚ ਗਲਤੀ ਮੰਨ ਲਵੇ ਵੀ ਐਵੇਂ ਮੇਰੀ ਕਰਦਾ ਰਿਹਾ, ਤਾਂ ਵੀ ਉਹ ਬਖਸ਼ਿਆ ਜਾਂਦਾ ਹੈ। ਤੇ ਗੁਰੂ ਪਿਆਰਿਓ ਸਤਿਗੁਰੂ ਕਹਿ ਰਹੇ ਨੇ ਕਿ ਇਹ ਭਲਿਓ, ਜਿੰਨਾ ਚਿਰ ਤੁਹਾਡਾ ਇਹ ਜੀਵਨ ਹੈ ਉਹਨਾਂ ਚਿਰ ਆਪਣੇ ਜੀਵਨ ਨੂੰ ਵਾਹਿਗੁਰੂ ਦਾ ਸਿਮਰਨ ਕਰਕੇ ਸਫਲ ਕਰ ਲਓ। ਪਾਤਸ਼ਾਹ ਕਹਿੰਦੇ ਨੇ ਵੀ ਇਹ ਨਹੀਂ
ਵੀ ਆਪਣੇ ਕੰਮ ਧੰਦਿਆਂ ਨੂੰ ਹੀ ਛੱਡ ਦੇਣਾ, ਆਪਣੇ ਬੱਚਿਆਂ ਨੂੰ ਛੱਡ ਦਿਓ, ਪਰਿਵਾਰ ਨੂੰ ਛੱਡ ਦੇਣਾ ਅਤੇ ਸਾਰਾ ਦਿਨ ਗੁਰਦੁਆਰੇ ਬੈਠੇ ਰਹਿਣਾ, ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਕਹਿੰਦੇ ਨੇ ਨਹੀਂ, ਆਪਣੇ ਕੰਮ ਧੰਦੇ ਵੀ ਕਰਨੇ ਨੇ, ਬਿਜ਼ਨਸ ਵੀ ਕਰਨੇ ਨੇ, ਪਰਿਵਾਰ ਵਿੱਚ ਵੀ ਰਹਿਣਾ, ਪਰ ਜਦੋਂ ਸਮਾਂ ਮਿਲੇ ਉਦੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖ ਦਿੱਤਾ ਹੈ ਬਈ ਜਿਹੜਾ 24 ਘੰਟਿਆਂ ਵਿੱਚੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਭਾਵੇਂ 5-10 ਮਿੰਟ ਹੀ ਕਰੇ, ਅਤੇ ਜੇ ਉਹਦਾ 1 ਸਕਿੰਟ ਵੀ ਉਹਦੀ ਸੁਰਤੀ ਜੁੜ ਗਈ ਨਾ ਪਰਮਾਤਮਾ ਦੇ ਨਾਲ, ਵਾਹਿਗੁਰੂ ਦੇ ਨਾਲ, ਤਾਂ ਉਹਦੇ 24 ਘੰਟਿਆਂ ਦੇ ਸਵਾਸ ਸਫਲ ਹੋ ਜਾਣੇ ਹੈ। ਕਹਿੰਦੇ ਨੇ ਏਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਪਾਤਸ਼ਾਹ ਕਹਿ ਰਹੇ ਨੇ ਕਿ ਭਲਿਓ ਮੇਰੀ ਮੇਰੀ ਨਾ ਕਰੋ, ਵਾਹਿਗੁਰੂ ਦਾ ਨਾਮ ਸਿਮਰੋ, ਭਵ ਸਾਗਰ ਨੂੰ ਤਰ ਜਾਓਗੇ। ਐਵੇਂ ਮੇਰੀ ਮੇਰੀ ਕਰਦਾ, ਐਵੇਂ ਮੇਰੀ ਮੇਰੀ ਕਰਦਾ, ਜਾਣਾ ਮਰ ਬੰਦਿਆ। ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ। ਜਾਣ ਇਹ ਦੋ ਦਿਨ ਦਾ ਮੇਲਾ ਆਖਰ ਤੁਰ ਜਾਣਾ ਏ, ਇਹ ਤਨ ਮਿੱਟੀ ਦਾ ਢੇਲਾ ਆਖਰ ਖੁਰ ਜਾਣਾ ਏ। ਨਿਤਨੇਮ ਨਾਲ ਸਤਿਗੁਰ ਦੀ ਤੂੰ, ਨਿਤਨੇਮ ਨਾਲ ਸਤਿਗੁਰ ਦੀ ਤੂੰ, ਬਾਣੀ ਪੜ ਬੰਦਿਆ। ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ। ਐਵੇਂ ਮੇਰੀ ਮੇਰੀ ਕਰਦਾ, ਐਵੇਂ ਮੇਰੀ ਮੇਰੀ ਕਰਦਾ, ਜਾਣਾ ਮਰ ਬੰਦਿਆ। ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ, ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ। ਐਵੇਂ ਮੇਰੀ ਮੇਰੀ ਕਰਦਾ, ਐਵੇਂ ਮੇਰੀ ਮੇਰੀ ਕਰਦਾ, ਜਾਣਾ ਮਰ ਬੰਦਿਆ। ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ, ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ, ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ, ਵਾਹਿਗੁਰੂ ਨਾਮ ਸਿਮਰ ਕੇ ਭਵ ਸਾਗਰ ਨੂੰ ਤਰ ਬੰਦਿਆ। ਵਾਹਿਗੁਰੂ 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 ਵਾਹਿਗੁਰੂ।